सूबे दे विच पिछले कई दिनों तो लगातार हो रही बरसात कारण जिथे किसानों का काफी नुकसान होया उते ही कई गरीब परिवार भी घर तो बेघर हो गए। तस्वीर फिरोजपुर के एक पिंड तो सामने आई ने जिथे लगातार हो रही बरसात कारण 40 दे करीब घर ढह ढेरी हो गए, जिस तो बाद गरीब परिवार ते दुखा दा पहाड़ टूट गया। हुण पीड़ित परिवार दे वलों पंजाब सरकार नू मांग की गई है कि उन्हां दी सहायता की जाए। असी कहन वाले वीर जी भी साढ़े 50-60 मकान सीगे वो सारे मीह चढ़े ने। जे तुसीं फर्नीचर टाइल या फिर मार्बल खरीदने बारे सोच रहे हो तो हुण बाजार विच नहीं लगाउणे पैणगे चक्कर, समय दी होवेगी बचत। अमृतसर दा मशहूर फौजी मोदी खाना मार्बल एंड फर्नीचर हाउस थोड़े लिए लेके आया सुनहरी मौका। हुण इको छत हेठ मिलेगा बाजार नालो सस्ता ते वधिया समान, जिवें बेड, सोफा, अलमारी, टाइलां, हर किस्म दा मार्बल। नेड़े गुरुद्वारा छेरटा साहिब अमृतसर। वधेरे जानकारी लैण दे लई इक वार संपर्क जरूर करो 79-860-88-452 88-81-44-836। नाल डेक चुके ने, किस तरह बनाए? अही बहुत मेहनत करके बनाए सीगे, दिहाड़ी दप्पा झोना ला के गरीब गरीबां ने सब कुछ कीता सीगा। ਤੇ ਉਹ ਤੂਫਾਨ ਆਇਆ, ਮੀਂਹ ਆਇਆ ਬਹੁਤ ਜ਼ਿਆਦਾ ਤੇ ਸਾਰੇ ਡਿੱਗ ਚੁੱਕੇ ਹੈ। ਤੇ ਅਸੀਂ ਹੁਣ ਕੋਈ ਕਿੱਥੇ ਗੁਜ਼ਾਰਾ ਕਰ ਰਿਹਾ, ਕੋਈ ਤੰਬੂ ਲਾ ਕੇ ਬੈਠਾ ਹੈ, ਕੋਈ ਕਿਵੇਂ ਟਰਾਲੀ ਥੱਲੇ ਬੈਠਾ ਹੈ, ਕੋਈ ਕਿਵੇਂ ਟਰਾਲੀ ਦੇ ਵਿੱਚ ਸਮਾਨ ਰੱਖ ਕੇ ਬੈਠਾ ਹੈ। ਉਹ ਸਾਰੇ ਗਰੀਬ ਗਰੀਬ ਵੀ ਆਪਣੇ ਆਪ 'ਤੇ ਹੀ ਮਿਹਨਤ ਕਰਕੇ ਸਾਰੇ ਬੈਠੇ ਨੇ। ਹੁਣ ਕੀ ਕਹਿਣਾ ਚਾਹੋਗੇ? ਜਿਹੜਾ ਤੁਸੀਂ ਅਸੀਂ ਆਉਂਦੇ ਹਾਂ ਵੀ ਆਮ ਪਾਰਟੀ ਅਸੀਂ ਬਣਾਈ ਸੀ ਗਰੀਬਾਂ ਨੇ, ਸਾਡੀ ਗੱਲ ਸੁਣੀ ਜਾਵੇ, ਇੱਥੇ ਆ ਕੇ ਮੌਕਾ ਵੇਖਿਆ ਜਾਵੇ, ਸਾਨੂੰ ਸਾਰੀਆਂ ਸਹੂਲਤਾਂ ਮਿਲੀਆਂ। ਕਿਸ ਤਰ੍ਹਾਂ ਦੀ ਸਰਕਾਰ ਜਿਹੜੇ ਰੂਲ ਨੇ, ਮਤਲਬ ਕਿਸ ਤਰ੍ਹਾਂ ਕੀ ਕਰਨ ਲੱਗੀ ਤੇ ਤੁਹਾਡੇ ਗਰੀਬਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ? ਕੋਈ ਵੀ ਨਹੀਂ ਆਇਆ ਸਾਡੇ, ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਹੁਣ ਆਹ ਕੀਤੇ, ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਹੋਰ ਤੁਹਾਡੇ ਕੋਲ ਸਰਕਾਰੀ ਅਧਿਕਾਰੀ ਆਇਆ ਕੋਈ? ਨਾ, ਕੋਈ ਨਹੀਂ ਆਇਆ। ਤੁਸੀਂ ਬਾਹਰ ਬੈਠੇ? ਹਾਂ, ਬਾਹਰ ਬੈਠੇ ਹਾਂ, ਮੀਂਹ ਦਾ ਮੌਸਮ ਬਣਾ ਖੜਾ ਹੈ, ਭੁੱਖੇ ਤੇ ਆਏ ਸਾਡੇ ਬੱਚੇ ਬੈਠੇ ਨੇ, ਸਾਰਾ ਕੁਛ ਉਵੇਂ ਸਾਡੇ ਡੰਗਰ ਖੜੇ ਨੇ ਮੀਂਹ ਦੇ ਵਿੱਚ ਪਾਣੀ ਦੇ ਵਿੱਚ, ਆਪਣੇ ਮਕਾਨ ਬਣਾਏ ਸੀ ਇੱਥੇ, ਪਰ 2 ਦਿਨ ਪਹਿਲਾਂ ਇੱਥੇ ਹਨੇਰੀ ਤੇ ਤੂਫਾਨ ਦੀ ਵਜ੍ਹਾ ਨਾਲ ਪੂਰੀਆਂ ਛੱਤਾਂ ਤੇ ਪੂਰੇ ਮਕਾਨ ਗਿਰ ਗਏ ਆ। ਬੱਚੇ ਔਰ ਜਿੰਨੇ ਵੀ ਗਰੀਬ ਜਨਤਾ ਪੂਰੇ ਖੁੱਲ੍ਹੇ ਅਸਮਾਨ ਦੇ ਨੀਚੇ ਬੈਠੇ ਹੋਏ ਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਔਰ ਰੋਟੀ ਪਾਣੀ ਵੀ ਖੁੱਲ੍ਹੇ ਸਮਾਨ ਥੱਲੇ ਕਰ ਰਹੇ, ਔਰ ਬਾਰਿਸ਼ ਦਾ ਪੂਰਾ ਅਜੇ ਵੀ ਉਹ ਬਣਿਆ ਹੋਇਆ ਮੌਸਮ, ਪਤਾ ਨਹੀਂ ਕਦ ਬਾਰਿਸ਼ ਆ ਜਾਏ। ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਅਸੀਂ ਕੋਟੇ ਦੀ ਗਰੀਬ ਜਨਤਾ ਦੀ, ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ, ਕਿਉਂਕਿ ਜਨਰਲ ਕੋਟੇ ਦੇ ਵਿੱਚ ਹਰ ਕਿਸੇ ਦੀ ਮਦਦ ਕੀਤੀ ਜਾਂਦੀ, ਗਰੀਬ ਵੱਲ ਕੋਈ ਨਹੀਂ ਦੇਖਦਾ ਜੀ। ਠੀਕ ਹੈ ਜੀ, ਸਰਕਾਰਾਂ ਆਉਂਦੀਆਂ, ਸਰਕਾਰਾਂ ਚਲੇ ਜਾਂਦੀਆਂ ਨੇ, ਕੋਈ ਪ੍ਰਸ਼ਾਸਨ ਨੂੰ ਬੇਨਤੀ ਕਿ ਇੱਥੇ ਆ ਕੇ ਦੇਖੋ ਮੌਕੇ 'ਤੇ। ਕਿਹੜਾ ਪਿੰਡ? ਪਿੰਡ ਕਮਲ ਵਾਲਾ ਜੀ, ਡਿਸਟ੍ਰਿਕਟ ਫਿਰੋਜ਼ਪੁਰ, ਤਹਿਸੀਲ ਜੀਰਾ, ਦਾਖਾਨਾ ਮੱਲਾਂ ਵਾਲਾ ਜੀ। ਸਰਕਾਰ ਤੋਂ ਕੋਈ ਨਹੀਂ ਇੱਥੇ ਜੀ ਆਇਆ, ਦੇਖ ਲਓ ਤੁਸੀਂ, ਤੁਹਾਡੇ ਸਾਹਮਣੇ ਸਭ ਕੁਝ ਜੀ, ਕੋਈ ਨਹੀਂ ਇੱਥੇ ਆਇਆ ਜੀ। ਬਸ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਰੇ ਇੱਥੇ ਆਉਂਦੇ ਆ, ਕਿਸੇ ਨੇ ਆ ਕੇ ਬਾਤ ਤੱਕ ਨਹੀਂ ਪੁੱਛੀ ਇਹ ਗਰੀਬ ਜਨਤਾ ਦੀ ਕਿ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਜੇ, ਤੁਹਾਡੇ ਬੱਚੇ ਰੋਟੀ ਖਾਧੀ ਕਿ ਨਹੀਂ ਖਾਧੀ, ਮੌਸਮ ਦੇ ਵਿੱਚ ਤੁਹਾਡਾ ਕੀ ਹਾਲ ਹੈ। ਬਹੁਤ ਹੀ ਜ਼ਿਆਦਾ ਕਿ ਮਾੜੀ ਕੰਡੀਸ਼ਨ ਹੈ ਜੀ, ਬਹੁਤ ਜ਼ਿਆਦਾ, ਅਤੇ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਕਿ ਇੱਥੇ ਆ ਕੇ ਮੌਕਾ ਦੇਖੇ ਔਰ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਜਨਤਾ। ਤਕਰੀਬਨ 40-50 ਮਕਾਨ ਡਿੱਗ ਪਏ ਨੇ। ਗਰੀਬ ਜਨਤਾ ਦੇ ਸੀਗੇ, ਕਿਸ ਤਰ੍ਹਾਂ ਬਣਾਏ ਸੀਗੇ? ਬੜੇ ਔਖੇ ਹੋ ਕੇ ਬਣਾਏ ਸੀਗੇ ਅਤੇ ਡਿੱਗ ਗਏ ਨੇ, ਮੀਂਹ ਆਇਆ, ਨੇਰ ਆਇਆ ਨਾਲ, ਅਤੇ ਥੱਲੇ ਆਣ ਕੇ ਕਈਆਂ ਦੇ ਸੱਟਾਂ ਲੱਗ ਗਈਆਂ ਨੇ, ਕੋਈ ਜ਼ਖਮੀ ਹੋ ਗਏ ਆ ਕਿਸ ਤਰ੍ਹਾਂ ਦੇ। ਮੇਰੇ ਪਿਤਾ ਦੇ ਸੱਟ ਜ਼ਿਆਦਾ ਲੱਗ ਗਈ ਹੈ ਅਤੇ ਉਹਨੂੰ ਤਾਂ ਚ ਠੀਕ ਹੈ, ਤਾਂ ਅਸੀਂ ਸਰਕਾਰ ਅੱਗੋਂ ਮੰਗ ਕਰਦੇ ਹਾਂ, ਜਿਹੜੀ ਵੀ ਸਰਕਾਰ ਆਉਂਦੀ ਹੈ ਆ ਕੇ ਚਲੀ ਜਾਂਦੀ ਹੈ, ਗਰੀਬ ਜਨਤਾ ਵੱਲ ਕੋਈ ਨਹੀਂ ਵਹਿੰਦਾ ਹੈਗਾ। ਅੱਜ ਅਸੀਂ ਮੰਗ ਕਰਦੇ ਹਾਂ ਸਰਕਾਰ ਵੱਲੋਂ, ਆਮ ਪਾਰਟੀ ਵੱਲੋਂ ਵੀ ਸਾਡੀ ਸਹਾਇਤਾ ਕੀਤੀ ਜਾਵੇ, ਸਾਨੂੰ ਜੋ ਸਾਡੇ ਥਾਂ ਇਹ ਪੱਕਾ ਕੀਤਾ ਜਾਵੇ, ਜਿੱਥੇ ਅਸੀਂ ਰਹਿੰਦੇ ਸਾਨੂੰ ਸਹੂਲਤ ਦਿੱਤੀ ਜਾਵੇ ਜਿੰਨੀ ਵੀ ਮਿਲ ਸਕਦੀ ਹੈ ਸਰਕਾਰ ਵੱਲੋਂ। ਬੱਚੇ ਲੈ ਕੇ ਕਿਸ ਤਰ੍ਹਾਂ ਰਹਿ ਰਹੇ ਨੇ ਪਰਿਵਾਰ? ਖੁੱਲ੍ਹੇ ਥਾਂ 'ਤੇ ਰਹਿ ਰਹੇ ਹਾਂ, ਬਹੁਤ ਔਖਾ ਹੈ ਸਾਡਾ ਪਰਿਵਾਰ ਦਾ ਰਹਿਣਾ। ਰੋਟੀ ਰਾਟੀ ਬਾਹਰ ਬਣਾਉਂਦੇ? ਹਾਂਜੀ ਹਾਂਜੀ, ਬਾਹਰ ਰੋਟੀ ਰਾਟੀ ਵੀ ਬਾਹਰ ਹੀ ਬਣੀ ਜਾਂਦੀ ਹੈ ਜੀ। ਬਰਸਾਤਾਂ ਦਾ ਮੌਸਮ ਹੈ, ਕੀ ਇਹਨਾਂ ਡਰ ਨਹੀਂ ਲੱਗਦਾ ਵੀ ਬਰਸਾਤ ਆ? ਬਹੁਤ ਡਰ ਲੱਗਦਾ, ਟਰਾਲੀਆਂ ਦੇ ਥੱਲੇ ਗੁਜ਼ਾਰੇ ਕਰਦੇ ਹਾਂ, ਟਰਾਲੀਆਂ ਟਰੈਕਟਰਾਂ ਦੇ ਥੱਲੇ ਵੀ
ਤੰਬੂ ਤੰਬੂ ਲਾ ਕੇ ਇਸ ਤਰ੍ਹਾਂ ਗੁਜ਼ਾਰਾ ਕਰਨ ਦੇ ਆ। ਕੋਈ ਮਦਦ ਕਰਨ ਆਇਆ ਇੱਥੇ ਸਰਕਾਰੀ? ਨਹੀਂ, ਕੋਈ ਸਰਕਾਰੀ ਬੰਦਾ ਨਹੀਂ ਆਇਆ। ਕੋਈ ਐਮਐਲਏ ਕਿਹੜਾ ਪੈਂਦਾ? ਕੋਈ ਨਰੇਸ਼ ਕਟਾਰੀਆ। ਕੋਈ ਐਮਐਲਏ ਨੇ ਜਾਇਜ਼ਾ ਨਹੀਂ ਲਿਆ ਕੇ ਆ ਕੇ? ਹਜੇ ਤੱਕ ਤਾਂ ਨਹੀਂ ਆਇਆ ਕੋਈ ਵੀ। ਕੀ ਮੰਗਦੇ ਹੋ? ਅਸੀਂ ਮੰਗ ਇਹ ਕਰਨੇ ਆਣ ਕੇ ਸਾਡਾ ਮੌਕਾ ਵੇਖਿਆ ਜਾਵੇ ਤੇ ਸਾਨੂੰ ਸਹਾਇਤਾ ਕੀਤੀ ਜਾਵੇ ਸਾਡੀ। ਸਕੈਨਿਸ ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।